ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚੋਂ RCN ਤੇ ਸਪੈਕਟ੍ਰਮ ਕੇਬਲ ਰਾਹੀਂ, ਕੈਨੇਡਾ ਦੇ ਵਿੱਚੋਂ ਬੈਲ 5 ਕੇਬਲ ਨੈਟਵਰਕ ਰਾਹੀਂ, ਵਰਲਡ ਵਾਈਡ ਗਲੋਬਲ CPN, ਜਾਦੂ, ਰੋਕੂ TV, ਸ਼ਾਵਾ TV, TV84 ਦੀ ਵੈਬਸਾਈਟ ਤੋਂ ਔਨਲਾਈਨ ਸਟ੍ਰੀਮਿੰਗ ਜਾਂ ਫਿਰ ਫੇਸਬੁੱਕ ਰਾਹੀਂ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਜਦੋਂ ਅਸੀਂ ਅੱਜ ਦੇ ਦਿਨ ਦੇ ਵਿੱਚ ਮੀਡੀਆ ਦੇ ਵਿੱਚ ਦੇਖ ਰਹੇ ਹਾਂ ਤਾਂ ਇੱਕ ਅਹਿਮ ਖਬਰ ਸਾਹਮਣੇ ਆਈ ਹੈ। ਭਾਰਤ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਕਿ ਭਾਰਤ ਦੇ ਸੁਪਰੀਮ ਕੋਰਟ ਦੇ 4 ਜੱਜਿਸ ਨੇ, ਜਿਹੜੀ ਇੰਡੀਅਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਨੇ ਦੀਪਕ ਮਿਸ਼ਰਾ, ਉਹਨਾਂ 'ਤੇ ਸਿੱਧਾ ਖੁੱਲ੍ਹੇਆਮ ਆ ਕੇ ਇਲਜ਼ਾਮ ਲਗਾਏ ਨੇ ਕਿ ਜਦੋਂ ਉਹ ਕੇਸ ਦਿੰਦੇ ਆ, ਕੇਸ ਰੈਫਰ ਕਰਦੇ ਆ ਜੱਜਿਸ ਦੇ ਬੈਂਚ ਨੂੰ, ਉਹਦੇ ਵਿੱਚ ਉਹ ਪਾਰਸ਼ੈਲਿਟੀ ਕਰਦੇ ਆ ਅਤੇ ਕਿਤੇ ਨਾ ਕਿਤੇ ਉਹਨਾਂ ਵੱਲੋਂ ਜਸਟਿਸ ਨਾ ਦੇਣ ਦੀ ਜਿਹੜੀ ਗੱਲ ਹੈ ਜਾਂ ਜਸਟਿਸ ਦੇਣ ਦੇ ਵਿੱਚ ਰੋੜਾ ਅਟਕਾਉਣ ਦੀ ਜਿਹੜੀ ਲਾਈਨ ਹੈ ਉਹ ਅਪਣਾਈ ਜਾ ਰਹੀ ਹੈ। ਇਹਦੇ ਨਾਲ ਨਾਲ ਕੁਝ ਹੋਰ ਨੁਕਤੇ ਵੀ ਉਹਨਾਂ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਦੇ ਵਿੱਚ ਸਾਹਮਣੇ ਆਏ ਨੇ, ਜਿੱਥੇ ਇੰਡੀਅਨ ਮੀਡੀਆ ਵੱਲੋਂ ਇਸ ਦਿਨ ਨੂੰ, ਇਸ ਡਿਵੈਲਪਮੈਂਟ ਨੂੰ ਜੁਡੀਸ਼ਰੀ ਦੇ ਹਵਾਲੇ ਦੇ ਨਾਲ ਇੱਕ ਕਾਲੇ ਦਿਨ ਵਜੋਂ ਦੇਖਿਆ ਜਾ ਰਿਹਾ, ਉੱਥੇ ਹੀ ਇਹ ਗੱਲ ਜਾਂ ਇਹ ਡਿਵੈਲਪਮੈਂਟ ਕੀ ਮਾਇਨੇ ਰੱਖਦੀ ਹੈ ਅਤੇ ਇਹਦੇ ਪਿੱਛੇ ਬਿਹਾਈਂਡ ਦਿਸ ਹੋਲ ਸੀਨ, ਇਹਦੇ ਪਿੱਛੇ ਕੀ ਚੱਲ ਰਿਹਾ, ਇਹਦੇ ਉੱਪਰ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ ਅਤੇ ਕਿਹੜੇ ਕਿਹੜੇ ਨੁਕਤੇ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਦੇ ਵਿੱਚ ਉਠਾਏ ਗਏ ਨੇ ਅਤੇ ਖਾਸ ਤੌਰ 'ਤੇ ਘੱਟ ਗਿਣਤੀਆਂ ਦੇ ਲਈ ਜਿਹੜੀ ਇੰਡੀਅਨ ਜੁਡੀਸ਼ਰੀ ਹੈਗੀ ਹੈ ਉਹਦੇ ਵਿੱਚ ਇਹ ਗੱਲ ਉੱਭਰ ਕੇ ਸਾਹਮਣੇ ਆਉਣੀ, ਕਰਪਸ਼ਨ ਦਾ ਲੈਵਲ ਕੀ ਹੋਣਾ ਜਾਂ ਜਸਟਿਸ ਜਿਹੜੀ ਨਾ ਮਿਲਣ ਦੀ ਗੱਲ ਹੈ ਜਾਂ ਜੁਡੀਸ਼ਰੀ ਦੀ ਜਿਹੜੀ ਐਗਜ਼ੀਕਿਊਟਿਵ ਬ੍ਰਾਂਚ ਦਾ ਜੁਡੀਸ਼ਰੀ ਦੇ ਉੱਪਰ ਗਲਬਾ ਉਹ ਕਿੰਨਾ ਕੁ ਵੱਧ ਚੁੱਕਿਆ, ਇਹ ਸਾਰੇ ਬਾਰੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਇਸ ਸਾਰੀ ਗੱਲਬਾਤ ਦੇ ਲਈ ਅੱਜ ਸਾਡੇ ਨਾਲ ਚੰਡੀਗੜ੍ਹ ਤੋਂ ਸਿੱਖ ਸਕਾਲਰ ਅਤੇ ਇਤਿਹਾਸਕਾਰ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਢਿੱਲੋਂ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਢਿੱਲੋਂ, ਜਿਵੇਂ ਅੱਜ ਅਸੀਂ ਇਹ ਗੱਲ ਕੀਤੀ ਹੈ, ਇਹ ਕੇਸ ਤਕਰੀਬਨ ਸਾਰਿਆਂ ਨੂੰ ਇਸ ਬਾਰੇ ਹੁਣ ਜਾਣਕਾਰੀ ਹੈਗੀ ਹੈ ਕਿਉਂਕਿ ਮੀਡੀਆ ਦੇ ਵਿੱਚ ਕਾਫੀ ਵੱਡੇ ਲੈਵਲ ਤੇ ਇਸ ਕੇਸ ਨੂੰ ਚੁੱਕਿਆ ਗਿਆ, ਕਈ ਤਰ੍ਹਾਂ ਦੇ ਪ੍ਰਤੀਕਰਮ ਵੀ ਦੇਖਣ ਨੂੰ ਮਿਲੇ ਨੇ, ਪਰ ਸ਼ੁਰੂਆਤ ਕਰੀਏ ਇਸ ਕੇਸ ਦੀ ਜੜ ਤੋਂ। ਜਿਹੜੇ ਇਨਕਸ਼ਾਫ ਇਹਨਾਂ 4 ਜੱਜਿਸ ਵੱਲੋਂ ਕੀਤੇ ਗਏ ਨੇ ਚੀਫ ਜਸਟਿਸ ਦੀਪਕ ਮਿਸ਼ਰਾ ਦੇ ਖਿਲਾਫ, ਓਵਰਆਲ ਤੁਸੀਂ ਇਹਨਾਂ ਇਨਕਸ਼ਾਫਾਂ ਨੂੰ ਕਿਵੇਂ ਦੇਖਦੇ ਹੋ, ਕੀ ਮਾਇਨੇ ਰੱਖਦੇ ਨੇ? ਉਹਨਾਂ ਵੱਲੋਂ ਸਿੱਧਾ ਸਿੱਧਾ ਕਿਹਾ ਗਿਆ ਵੀ ਜਿਸ ਹਿਸਾਬ ਦਾ ਇਹ ਵਰਤਾਰਾ ਚੱਲ ਰਿਹਾ, ਇੰਡੀਆ ਦੇ ਵਿੱਚ ਜਿਹੜੀ ਡੈਮੋਕ੍ਰੇਸੀ ਹੈ ਉਹ ਖਤਰੇ ਦੇ ਵਿੱਚ ਹੈ। ਸੋ ਤੁਸੀਂ ਇਹ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ, ਇਹਦੀ ਕੀ ਅਹਿਮੀਅਤ ਹੈ? ਦੇਖੋ, ਮੈਂ ਬਹੁਤ ਦੇਰ ਤੋਂ ਇਹ ਚੀਜ਼ ਰਿਅਲਾਈਜ਼ ਕਰ ਰਿਹਾ ਕਿ ਜਿਹੜੀ ਜੁਡੀਸ਼ਰੀ, ਇੰਡੀਅਨ ਜੁਡੀਸ਼ਰੀ ਆ, ਟੋਟਲੀ ਕਮਿਊਨਲਾਈਜ਼ਡ ਹੈ ਔਰ ਉਹ ਉਹਨਾਂ ਦਾ ਇੱਕ ਬਾਇਸ ਆ ਅਗੇਂਸਟ ਦੀ ਮਾਈਨੋਰਿਟੀਜ਼। ਮਾਈਨੋਰਿਟੀਜ਼ ਦੇ ਖਿਲਾਫ ਉਹਨਾਂ ਦੇ ਪ੍ਰੈਜੁਡਿਸਿਸ ਹੈਗੇ ਆ ਔਰ ਜਿਹੜੇ ਉਹ ਐਕਸਪ੍ਰੈਸ ਕਰਦੇ ਆ ਆਪਣੇ ਡਿਸੀਜਨ ਦੇ ਵਿੱਚ, ਤੇ ਜਿਹੜੀ ਜੁਡੀਸ਼ਰੀ ਦੀ ਐਡਮਿਨਿਸਟ੍ਰੇਸ਼ਨ ਆ ਉਸ ਨੂੰ ਮੈਨੂਵਰ ਕਰਦੇ ਆ ਜਿਹੜੇ ਚੀਫ ਜਸਟਿਸ, ਜਿਸ ਤਰ੍ਹਾਂ ਹੁਣ ਇਸ ਦਿਨ ਚ ਹੋਇਆ, ਇਹ ਬਹੁਤ ਵੱਡੀ ਇਵੈਂਟ ਆ। 2002 ਦੇ ਵਿੱਚ ਸ਼ਰਾਬੋਦੀਨ ਮਰਡਰ ਕੇਸ ਸੀਗਾ ਜਿਸ ਦੇ ਵਿੱਚ ਇੱਕ ਫੇਕ ਐਨਕਾਊਂਟਰ ਦੇ ਵਿੱਚ ਇੱਕ ਲੇਡੀ ਮਾਰੀ ਗਈ ਸੀਗੀ ਜੀ, ਤਾਂ ਉਹ ਕੇਸ ਦੀ ਜਿਹੜੀ ਇਨਕੁਆਇਰੀ ਸੀ CBI ਕਰਨੀ, ਉਹ ਇੱਕ ਜਸਟਿਸ ਲੋਹੀਆ ਸੀਗਾ ਜੀ, ਉਹ ਕਰ ਰਿਹਾ ਸੀ ਔਰ ਉਹ ਬੜਾ ਇੰਪਾਰਸ਼ਲ ਜੱਜ ਸੀ, ਬੜੀ ਇੰਟੈਗਰਿਟੀ ਵਾਲਾ ਜੱਜ ਸੀ, ਬੜੀ ਓਨੈਸਟੀ ਸੀ ਉਸ ਦੇ ਵਿੱਚ। ਉਸ ਦਾ ਬੜੇ ਮਿਸਟੀਰੀਅਸ ਸਰਕਮਸਟਾਂਸਿਸ ਦੇ ਵਿੱਚ ਮਰਡਰ ਹੋ ਗਿਆ ਔਰ ਉਹਦੇ ਵਿੱਚ ਅਮਿਤ ਸ਼ਾਹ ਜਿਹੜਾ BJP ਦਾ ਚੀਫ ਆ, ਪ੍ਰੈਜ਼ੀਡੈਂਟ ਆ ਇੰਡੀਆ ਦਾ, ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦਾ ਸੱਜਾ ਹੱਥ ਆ ਜੀ, ਔਰ ਉਹ ਸਿੱਧੇ ਤੌਰ ਤੇ ਉਸ ਕੇਸ ਦੇ ਵਿੱਚ ਇਨਵੋਲਵ ਸੀ। ਬਹੁਤ ਵੱਡੀ ਇਵੈਂਟ ਆ ਜੀ, ਇਸ ਨੂੰ ਜੇ ਅੰਦਰੂਨੀ ਇਸ ਦੀਆਂ ਪਰਤਾਂ ਖੋਲਾਂਗੇ ਤਾਂ ਬਹੁਤ ਦੂਰ ਤੱਕ ਗੱਲਾਂ ਜਾਣਗੀਆਂ ਜੀ। ਉਸ ਬੰਦੇ, ਉਹਦੀ ਇਨਵੋਲਵਮੈਂਟ ਸੀ ਅਮਿਤ ਸ਼ਾਹ ਦੀ ਔਰ ਜਿਹੜਾ ਜਸਟਿਸ ਲੋਹੀਆ ਉਹਨੂੰ ਬੜੇ ਮਿਸਟੀਰੀਅਸ ਸਰਕਮਸਟਾਂਸਿਸ ਚ ਉਹਨੂੰ ਮਾਰ ਦਿੱਤਾ ਗਿਆ। ਤਾਂ ਉਸ ਤੋਂ ਬਾਅਦ ਦੋ ਬੰਦੇ, ਦੋ ਪਟੀਸ਼ਨਾਂ ਹੋਈਆਂ ਸੁਪਰੀਮ ਕੋਰਟ ਦੇ ਵਿੱਚ, ਰਿਟ ਪਟੀਸ਼ਨਾਂ, ਜਿਸ ਦੇ ਉੱਤੇ ਜਿਹੜੇ ਸੀਨੀਅਰ
ਸੀਨੀਅਰ ਜੱਜਾਂ ਨੂੰ ਛੱਡ ਕੇ ਚੀਫ ਜਸਟਿਸ ਦੀਪਕ ਮਿਸ਼ਰਾ ਨੇ 10ਵੇਂ ਨੰਬਰ ਦੇ ਜੱਜ ਨੂੰ ਦਿੱਤੀ ਉਹ ਕੇਸ ਜੀ। ਉਸ ਕੇਸ ਦੀਆਂ ਬਹੁਤ ਸੀਰੀਅਸ ਪੋਲੀਟੀਕਲ ਰਿਪਰਕਸ਼ਨਸ ਹੋਣੀਆਂ ਸੀ ਹਿੰਦੁਸਤਾਨ ਦੀ ਪੋਲਿਟਿਕਸ ਤੇ। ਜਿਹੜਾ ਚੀਫ ਜਸਟਿਸ ਦੀਪਕ ਮਿਸ਼ਰਾ ਉਹ ਬਹੁਤ ਹੀ ਕਰਪਸ਼ਨ ਦੇ ਵਿੱਚ ਭਿੱਜਿਆ ਹੋਇਆ। ਪਹਿਲਾਂ ਇੱਕ ਬਹੁਤ ਵੱਡਾ ਸਕੈਂਡਲ ਹੋਇਆ ਹਿੰਦੁਸਤਾਨ ਦੇ ਵਿੱਚ, ਜਿਹੜੀਆਂ ਮੈਡੀਕਲ ਸੀਟਸ ਸੀਗੀਆਂ ਉਹ 3-3, 4-4 crore rupees ਚ ਇੱਕ ਸੀਟ ਵਿਕਦੀ ਹੈ ਜੀ ਇੱਥੇ ਹਿੰਦੁਸਤਾਨ ਦੇ ਵਿੱਚ। ਤਾਂ ਉਸ ਸਕੈਂਡਲ ਦੇ ਵਿੱਚ ਜਿਹੜੇ ਲੋਕ ਫਸੇ ਹੋਏ ਸੀ, ਖਾਸ ਤੌਰ ਤੇ ਜੁਡੀਸ਼ਰੀ ਵਾਲੇ, ਇਸ ਬੰਦੇ ਨੇ ਦੀਪਕ ਮਿਸ਼ਰ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ, ਉਹਨਾਂ ਨੂੰ ਸ਼ੈਲਟਰ ਕੀਤਾ ਔਰ ਉਹਨਾਂ ਨੂੰ ਉਸ ਦੇ ਵਿੱਚੋਂ ਕੱਢਿਆ। ਤਾਂ ਰੱਬ ਜਾਣੇ, ਕਿਉਂਕਿ ਉਹ ਚੀਜ਼ ਉਹਦੀਆਂ ਵੀ ਪੜਤਾ ਖੁੱਲਣ ਗਈਆਂ, ਰੱਬ ਜਾਣੇ ਉਸ ਦੇ ਵਿੱਚ ਕਿੰਨੇ 100 crore rupees, ਕਿੰਨੇ 1000 crore rupees ਇਸ ਬੰਦੇ ਨੇ ਖਾਧਾ ਹੋਵੇਗਾ ਦੀਪਕ ਮਿਸ਼ਰਾ ਨੇ। ਇਹ ਤਾਂ ਗੱਲ ਖੁੱਲ ਕੇ ਹਲੇ ਆਈ ਨੀ ਹੈ, ਪਰ ਇਹ ਗੱਲ ਜ਼ਾਹਰ ਹੈ, ਜੱਗ ਜ਼ਾਹਰ ਹੈ। ਜਿਹੜੇ ਲੋਕ ਬਹੁਤ ਮੈਨਿਊਟਲੀ ਜੁਡੀਸ਼ਰੀ ਦੀ ਫੰਕਸ਼ਨਿੰਗ ਨੂੰ ਵਾਚ ਕਰਦੇ ਆ, ਖਾਸ ਤੌਰ ਤੇ ਜਿਹੜੇ ਬੜੇ ਵੱਡੇ ਵੱਡੇ ਲਾਇਰ, ਜਿਹਨਾਂ ਜਿਹੜੇ ਬੜੇ ਇੰਟੈਗ੍ਰਿਟੀ ਵਾਲੇ ਬੰਦੇ ਆ, ਉਹਨਾਂ ਨੂੰ ਇਸ ਗੱਲ ਬਾਰੇ 100% ਪਤਾ। ਉਹ ਇਹ ਕਹਿੰਦੇ ਆ ਇਹ ਟਿਪ ਆਫ ਦੀ ਆਈਸਬਰਗ ਆ, ਇਹ ਤਾਂ ਇੱਕ ਮਤਲਬ ਛੋਟਾ ਜਿਹਾ ਕਿਣਕਾ ਜੋ ਬਾਹਰ ਆਇਆ। ਹਲੇ ਅੰਦਰੂਨੀ ਇਹਦੀਆਂ ਪੜਤਾਂ ਜਦੋਂ ਖੁੱਲਣਗੀਆਂ ਫਿਰ ਲੋਕ ਦੰਗ ਰਹਿ ਜਾਣਗੇ ਕਿ ਕਿੰਨੀ ਜੁਡੀਸ਼ਰੀ ਦੇ ਵਿੱਚ ਪ੍ਰੈਕਟਿਸ ਕਰਪਸ਼ਨ ਆ, ਕਿੰਨੀ ਜੁਡੀਸ਼ਰੀ ਦੇ ਵਿੱਚ ਬਾਇਸ ਆ ਔਰ ਪ੍ਰੈਜੁਡਿਸ ਆ ਅਗੇਂਸਟ ਦੀ ਮਾਈਨੋਰਟੀਜ਼, ਕਮਿਊਨਲਿਜ਼ਮ ਕਿੰਨੀ ਹੱਦ ਤੱਕ ਵੱਧ ਚੁੱਕਿਆ। ਇਹ ਸਾਰੀਆਂ ਚੀਜ਼ਾਂ ਬਹੁਤ ਜ਼ਿਆਦਾ ਸੀਰੀਅਸ ਆ। ਇੱਕ ਹੋਰ ਬਹੁਤ ਇੰਪੋਰਟੈਂਟ ਕੇਸ ਆ, ਉੱਥੇ 2002 ਚ ਗੁਜਰਾਤ ਦੇ ਵਿੱਚ ਉਹਨਾਂ ਨੇ ਸੈਂਕੜੇ ਜਿਹੜੀਆਂ ਮਸਜਿਦਾਂ ਢਾਤੀਆਂ ਸੀਗੀਆਂ ਔਰ ਉੱਥੇ ਦੀ ਜਿਹੜੀ ਹਾਈ ਕੋਰਟ ਆ ਗੁਜਰਾਤ ਦੀ, ਉਹਨਾਂ ਨੇ ਫੈਸਲਾ ਕੀਤਾ ਵੀ ਤੁਸੀਂ ਇਸ ਦੀ ਭਰਵਾਈ ਕਰੇ ਗੌਰਮੈਂਟ, ਕਿਉਂਕਿ ਕਮਿਊਨਲ ਰਾਈਟਸ ਰਾਹੀਂ ਉਹ ਮਸਜਿਦਾਂ ਢਾਈਆਂ ਗਈਆਂ ਔਰ ਉਹਨਾਂ ਦੀ ਜਿਹੜੀ ਭਰਵਾਈ ਆ, ਚਾਹੇ ਜਿਹੜੀਆਂ ਨਹੀਂ ਬਣੀਆਂ ਉਹਨਾਂ ਦਾ ਪੈਸਾ ਦਿਓ, ਜਿਹੜੀਆਂ ਬਣ ਚੁੱਕੀਆਂ ਉਹਨਾਂ ਦਾ ਕੰਪਨਸੇਸ਼ਨ ਦਿਓ ਉਹਨਾਂ ਲੋਕਾਂ ਨੂੰ। ਤੋ ਇਸ ਕੇਸ ਦੇ ਵਿੱਚ ਵੀ ਇਸ ਬੰਦੇ ਨੇ, ਦੀਪਕ ਮਿਸ਼ਰੇ ਨੇ ਹੇਰਾਫੇਰੀ ਕੀਤੀ ਆ, ਉਹ ਸੁਪਰੀਮ ਕੋਰਟ ਦੇ ਵਿੱਚ ਕੇਸ ਆ ਗਿਆ, ਉਸਦੇ ਅੱਗੇ ਅਪੀਲ ਕਰਕੇ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਆ, ਉਸ ਦੇ ਵਿੱਚ ਵੀ ਇਹ ਡਿੱਲੀ ਡੈਲਿੰਗ ਕਰ ਰਿਹਾ। ਮਤਲਬ ਕਹਿਣ ਦਾ ਇਹ ਹੈ ਕਿ ਇੰਡੀਅਨ ਜੁਡੀਸ਼ਰੀ ਦੇ ਵਿੱਚ ਜਿਸ ਕਿਸਮ ਦੇ ਬਾਇਸ ਤੇ ਪ੍ਰੈਜੁਡਿਸ ਅਗੇਂਸਟ ਦੀ ਮਾਈਨੋਰਟੀ ਦਾ, ਉਹ ਵੀ ਹੁਣ ਖੁੱਲ ਕੇ ਆ ਸਕਦੇ ਆ ਚੁੱਕੇ ਆ। ਸਿੱਖਾਂ ਨੇ ਤਾਂ ਤੁਹਾਨੂੰ ਪਤਾ ਹੀ ਆ ਕਿੰਨਾ ਸਫ਼ਰ ਕੀਤਾ ਇਹਨਾਂ ਚੀਜ਼ਾਂ ਕਰਕੇ। ਹੁਣ ਜੇ ਮੈਂ ਤੁਹਾਨੂੰ ਸਿੱਖਾਂ ਦੀ ਗੱਲ ਦੱਸਾਂ, ਤੁਸੀਂ ਹੈਰਾਨ ਰਹਿ ਜਾਓ, ਕੇਰ ਸਿੰਘ ਦੀ ਜਿਹੜੀ ਹੈਂਗਿੰਗ ਆ ਉਹ ਜੇਠ ਮਲਾਨੀ ਦੇ ਕਹਿਣ ਮੁਤਾਬਕ ਮਰਡਰ ਆਫ ਇੰਡੀਅਨ ਜੁਡੀਸ਼ਰੀ ਆ ਜੀ। ਉਸ ਨੂੰ ਸਰਕਮਸਟਾਂਸ਼ੀਅਲ ਐਵੀਡੈਂਸ ਦੇ ਉੱਤੇ ਹੀ ਹੈਂਗ ਕਰ ਦਿੱਤਾ ਔਰ ਦਿਨਾਂ ਦੇ ਵਿੱਚ ਹੀ ਫਾਂਸੀ ਤੇ ਚੜਾ ਦਿੱਤਾ। ਇੱਕ ਬੇਗੁਨਾਹ ਇਨਸਾਨ ਨੂੰ ਉਸਦੀ ਅਪੀਲ ਨਾ ਸੁਣੀ, ਉਸਦੀ ਦਲੀਲ ਨਾ ਸੁਣੀ, ਉਸਦਾ ਐਵੀਡੈਂਸ ਨਾ ਸੁਣਿਆ ਔਰ ਉਸਨੂੰ ਫਾਂਸੀ ਚੜਾ ਦਿੱਤਾ ਕੇਰ ਸਿੰਘ। ਔਰ ਉਹ ਮਤਲਬ ਐਡੀ ਬੜੀ ਘਾਤਕ ਸਿੱਖਾਂ ਦੇ ਖਿਲਾਫ ਜੁਡੀਸ਼ਰੀ ਦਾ ਪ੍ਰੈਜੁਡਿਸ ਤੇ ਬਾਇਸ ਜ਼ਾਹਰ ਕਰਦਾ ਜਿਹਦੀ ਕੋਈ ਇੰਤਹਾ ਨੀ ਦੁਨੀਆਂ ਦੇ ਜੁਡੀਸ਼ੀਅਲ ਸਿਸਟਮ ਦੇ ਇਤਿਹਾਸ ਦੇ ਵਿੱਚ। ਤੋ ਇਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਜੇ ਅੱਗੇ ਜਾ ਕੇ ਦੱਸਾਂ, ਮੈਂ ਕੱਲ ਵੀ ਜਸ ਟੀਵੀ ਦੇ ਉੱਤੇ ਗੱਲ ਖੁੱਲ ਕੇ ਕਹਿ ਕੇ ਆਇਆ ਵੀ ਜੁਡੀਸ਼ਰੀ ਅੰਨੀ ਹੋਈ ਵੀ ਸੀ ਜਦੋਂ 1984 ਨਵੰਬਰ ਦੇ ਵਿੱਚ ਸਿੱਖਾਂ ਦਾ ਕਤਲੋਗਾਰਤ ਹੋ ਰਿਹਾ ਸੀ, ਗੁਰਦੁਆਰੇ ਸਾੜੇ ਜਾ ਰਹੇ ਸੀ, ਸਿੱਖਾਂ ਦੀਆਂ ਪ੍ਰੋਪਰਟੀਆਂ, ਸਿੱਖਾਂ ਦੇ ਕਾਰੋਬਾਰ ਤਬਾਹ ਕੀਤੇ ਜਾ ਰਹੇ ਸੀ, ਲੁੱਟੇ ਜਾ ਰਹੇ ਸੀ, ਸਾੜੇ ਜਾ ਰਹੇ ਸੀ ਔਰ ਸਿੱਖ ਬੀਬੀਆਂ ਦਾ ਗੈਂਗ ਰੇਪ ਹੋ ਰਿਹਾ ਸੀ। ਸੋ ਮੋਟੋ ਨੋਟਿਸ ਵੀ ਲਿਆ ਦਿੱਲੀ ਦੇ ਵਿੱਚ, ਦਿੱਲੀ ਹਾਈ ਕੋਰਟ ਆ, ਸੁਪਰੀਮ ਕੋਰਟ ਉੱਥੇ ਬੈਠਾ, ਛੋਟੀ ਜੀ ਕੋਈ ਟੋਲ ਪਲਾਜ਼ੇ ਤੇ ਗੱਲ ਹੋ ਜਾਵੇ ਇੱਕਦਮ ਸੋ ਮੋਟੋ ਨੋਟਿਸ ਲੈ ਕੇ ਉਸਨੂੰ ਦੂਰ ਕੀਤਾ ਜਾਂਦਾ, ਕਿਤੇ ਟ੍ਰੈਫਿਕ ਜੈਮ ਹੋ ਜਾਵੇ ਸੋ ਮੋਟੋ ਨੋਟਿਸ ਲੈਂਦੇ ਆ, ਕੋਈ ਬ੍ਰਿਜ ਗਿਰ ਜੇ ਉਸ ਦੇ ਉੱਤੇ ਸੋ ਮੋਟੋ ਨੋਟਿਸ ਲੈ ਲੈਂਦੇ ਆ। ਲੇਕਿਨ ਉਸ ਗੱਲ ਦੇ ਉੱਤੇ ਹਿੰਦੁਸਤਾਨ ਦੀ ਜੁਡੀਸ਼ਰੀ ਅੰਨੀ ਹੋਈ ਵੀ ਸੀ, ਅੰਨੀ ਅੰਨੀ ਔਰ ਇਤਨਾ ਜ਼ਿਆਦਾ ਉਹਨਾਂ ਦਾ ਬਾਇਸ ਸੀ, ਕੋਈ ਕਿਸੇ ਨੇ ਮੂੰਹ ਨਹੀਂ ਖੋਲਿਆ। 4 ਦਿਨ ਉੱਤੇ ਫੌਜ ਖੜੀ ਰਹੀ ਔਰ ਫੌਜ ਨੇ ਕੋਈ ਐਕਸ਼ਨ ਨਹੀਂ ਲਿਆ। ਪੁਲਿਸ ਉਹਨਾਂ ਲੋਕਾਂ ਦੇ ਨਾਲ ਮਿਲੀ ਵੀ ਸੀ ਜਿਹੜੇ ਸਿੱਖਾਂ ਦਾ ਕਤਲੋਗਾਰਤ ਐਲਾਨੀਆ ਸ਼ਰੇਆਮ ਕਰ ਰਹੇ ਸੀ। 4 ਦਿਨ ਲਗਾਤਾਰ ਇਹ ਚੀਜ਼ ਚੱਲਦੀ ਰਹੀ। ਸਰਕਾਰ ਦੇ ਅੰਕੜਿਆਂ ਦੇ ਮੁਤਾਬਕ 3000 ਸਿੱਖ ਦਿੱਲੀ ਵਿੱਚ ਮਾਰਿਆ ਗਿਆ,
ਜੇ ਬਾਹਰਲਿਆਂ ਦੀ ਗਿਣਤੀ ਲਓ ਤਾਂ ਕਿਤੇ ਜ਼ਿਆਦਾ, ਜੀ ਕਾਨਪੁਰ ਹੋਰ, ਬੁਖਾਰੋ ਹੋਰ, ਇੱਧਰ ਉੱਧਰ ਟ੍ਰੇਨਾਂ ਦੇ ਵਿੱਚ, ਬੱਸਾਂ ਦੇ ਉੱਤੇ, ਟਰੱਕਾਂ ਦੇ ਉੱਤੇ। ਉਸ ਵੇਲੇ ਜੁਡੀਸ਼ਰੀ ਕੀ ਕਰ ਰਹੀ ਸੀ ਜੀ? ਇਹ ਇੱਕ ਆਰਟੀਕਲ ਆ, ਰਜਿੰਦਰ ਸੱਚਰ ਜਿਹੜਾ ਚੀਫ ਜਸਟਿਸ ਵੀ ਰਿਟਾਇਰ ਹੋਇਆ ਦਿੱਲੀ ਹਾਈ ਕੋਰਟ ਦਾ, ਉਹ ਕਹਿੰਦਾ ਵੀ ਮੈਂ ਜਦੋਂ ਨਵੰਬਰ 84 ਦਾ ਕਤਲੋਗਾਰਤ ਹੋ ਰਿਹਾ ਸੀ, ਸਿੱਖਾਂ ਦਾ ਜੈਨੋਸਾਈਡ ਹੋ ਰਿਹਾ ਸੀ, ਤਾਂ ਉਸ ਵੇਲੇ ਮੈਂ ਜੱਜ ਸੀ ਦਿੱਲੀ ਹਾਈ ਕੋਰਟ ਦਾ, ਤੇ ਮੈਂ ਸੂਮੋ ਮੋਟੋ ਨੋਟਿਸ ਲੈ ਕੇ ਜਦੋਂ ਮੈਂ ਉਹ ਨੋਟਿਸ ਦਿੱਤਾ, ਉਸੇ ਵੇਲੇ ਮੇਰੇ ਤੋਂ ਰੋਸਟਰ ਬਦਲ ਦਿੱਤਾ ਗਿਆ ਜੀ। ਔਰ ਫਿਰ ਉਸ ਤੋਂ ਬਾਅਦ ਪਤਾ ਨੀ ਉਸ ਕੇਸ ਦਾ ਕੀ ਹੋਇਆ ਕੀ ਨਹੀਂ ਹੋਇਆ। ਇਹ ਉਸ ਰਜਿੰਦਰ ਸੱਤਰ ਨੇ ਆਰਟੀਕਲ ਲਿਖਿਆ ਟ੍ਰਿਬਿਊਨ ਦੇ ਵਿੱਚ, ਮੈਂ ਉਸਨੂੰ ਆਪਣੀ ਕਿਤਾਬ ਦੇ ਵਿੱਚ, ਜਿਹੜੀ ਮੇਰੀ ਕਿਤਾਬ ਆ ਹੁਣ ਪੰਜਾਬੀ ਦੇ ਵਿੱਚ ਆਈ ਹੈ, ਪੰਜਾਬ ਦਾ ਸੰਤਾਪ 1947 ਤੋਂ 2015 ਤੱਕ, ਉਸ ਦੇ ਵਿੱਚ ਉਹ ਕੋਟ ਕੀਤਾ ਹੋਇਆ, ਡੇਟ ਵੀ ਦਿੱਤੀ ਹੋਈ ਹੈ, ਔਰ ਕੀ ਕਿਹਾ ਰਜਿੰਦਰ ਸੱਤਰ ਨੇ ਉਹ ਵੀ ਉਹਦੇ ਵਿੱਚ ਲਿਖਿਆ ਹੋਇਆ। ਤੋ ਇਸ ਕਿਸਮ ਦਾ ਸਾਡੇ ਨਾਲ ਔਰ ਦੂਸਰੀਆਂ ਘੱਟ ਗਿਣਤੀਆਂ ਦੇ ਨਾਲ ਜਿਸ ਕਿਸਮ ਦਾ ਪ੍ਰੈਜੁਡਿਸ, ਹੁਣ ਹਿੰਦੂਤਵਾ ਦੀ ਗੱਲ ਆ, ਹਿੰਦੂਤਵਾ ਬਾਰੇ ਵੀ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਫੈਸਲਾ, ਉਹਨੂੰ ਜਸਟੀਫਾਈ ਕੀਤਾ ਹੋਇਆ, ਮਤਲਬ ਇਸ ਕਿਸਮ ਦਾ ਕਮਿਊਨਲਿਜ਼ਮ, ਹਿੰਦੂਆਂ ਨੂੰ ਪ੍ਰੋਜੈਕਟ ਕਰਨਾ ਔਰ ਇੰਡੀਅਨ ਜਿਹੜੀ ਸਟੇਟ ਆ ਉਹਨੂੰ ਹਿੰਦੂ ਰਾਸ਼ਟਰ ਦੇ ਵਿੱਚ ਕਨਵਰਟ ਕਰਨਾ, ਔਰ ਘੱਟ ਗਿਣਤੀਆਂ ਦੇ ਉੱਤੇ ਜਿਹੜੇ ਜ਼ੁਲਮੋ ਸਿਤਮ ਹੋਏ ਆ ਉਹਨਾਂ ਨੂੰ ਇਨਸਾਫ਼ ਨਾ ਦੇਣਾ, ਜੀ ਸਾਡੀ ਇੰਡੀਅਨ ਜੁਡੀਸ਼ਰੀ ਦਾ ਲਗਾਤਾਰ ਇਸ ਕਿਸਮ ਦਾ ਐਟੀਚਿਊਡ ਚੱਲਦਾ ਆ ਰਿਹਾ। ਔਰ ਇਸ ਸਾਰੇ ਝਗੜੇ ਦੇ ਵਿੱਚ ਵੀ ਜਿਹੜਾ ਜਸਟਿਸ ਲੋਹੀਆ, ਇੱਕ ਇੰਪਾਰਸ਼ਲ ਜੱਜ, ਇੱਕ ਆਨੈਸਟ ਜੱਜ, ਇੱਕ ਇੰਟੈਗਰਿਟੀ ਵਾਲਾ ਜੱਜ, ਉਸ ਦਾ ਮਰਡਰ ਹੋ ਗਿਆ ਔਰ ਉਸ ਮਰਡਰ ਦੇ ਉੱਤੇ ਦੋ ਰਿਟਾਂ ਹੋ ਰਹੀਆਂ, ਤੇ ਇਹ ਆਦਮੀ ਜਿਹੜਾ ਦੀਪਕ ਮਿਸ਼ਰਾ ਇੰਨਾ ਡਿਸਓਨੈਸਟ ਤੇ ਇੰਨਾ ਘਟੀਆ ਕਿਸਮ ਦਾ ਕਮਿਊਨਲ ਜੱਜ ਚੀਫ ਜਸਟਿਸ ਆ, 10ਵੇਂ ਨੰਬਰ ਦੇ ਜੱਜ ਨੂੰ ਦੇ ਰਿਹਾ ਔਰ ਉਸ ਨੂੰ, ਉਹ ਵੀ ਮਿਸ਼ਰਾ ਹੈਗਾ, ਉਸ ਨੂੰ ਇਸ ਕਰਕੇ ਦੇ ਰਿਹਾ ਕਿਉਂਕਿ ਇਸ ਨੂੰ ਪਤਾ ਵੀ ਉਸ ਨੇ ਇਸ ਗੱਲ ਦੇ ਉੱਤੇ ਰਿਲੀਫ ਦੇਣੀ ਆ, ਕਿਉਂਕਿ ਅਮਿਤ ਸ਼ਾਹ ਇਨਵੋਲਵਡ ਆ ਇਹ ਸਾਰੇ ਚੱਕਰ ਦੇ ਵਿੱਚ। ਜੀ ਜਿਹੜਾ ਬੀਜੇਪੀ ਦਾ ਚੀਫ ਆ ਔਰ ਜਿਹੜਾ ਰਾਈਟ ਹੈਂਡ ਮੈਨ ਆ ਜਿਹੜਾ ਅੱਜ ਹਿੰਦੁਸਤਾਨ ਦੀ ਸਿਆਸਤ ਨੂੰ ਚਲਾ ਰਿਹਾ ਜੀ, ਬਿਲਕੁਲ ਬਹੁਤ ਵੱਡੀ ਗੱਲ ਆ ਜੀ। ਔਰ ਹਾਂਜੀ ਡਾਕਟਰ ਢਿੱਲੋਂ, ਜਿਵੇਂ ਤੁਸੀਂ ਗੱਲ ਕੀਤੀ ਹੈ ਕਮਿਊਨਲ ਲਾਈਨ ਦਾ, ਤੁਸੀਂ ਜ਼ਿਕਰ ਕੀਤਾ ਹੈ, ਵਿਸਥਾਰ ਨਾਲ ਦੱਸਿਆ ਤੇ ਖਾਸ ਤੌਰ ਤੇ ਇੰਡੀਅਨ ਜੁਡੀਸ਼ਰੀ ਦਾ ਜਿਹੜਾ ਘੱਟ ਗਿਣਤੀਆਂ ਦੇ ਪ੍ਰਤੀ ਰਵੱਈਆ ਰਿਹਾ ਪਿਛਲੇ ਸਾਰੇ ਦਹਾਕਿਆਂ ਦੇ ਦੌਰਾਨ, ਉਹਦਾ ਤੁਸੀਂ ਵਿਸਥਾਰ ਦੇ ਨਾਲ ਜ਼ਿਕਰ ਕੀਤਾ, ਖਾਸ ਤੌਰ ਤੇ ਜਦੋਂ ਸਿੱਖਾਂ ਦੀ ਗੱਲ ਆਉਂਦੀ ਹੈ। ਸੋ ਇਹ ਜਦੋਂ ਅਸੀਂ ਇਨਸਾਫ਼ ਦੀ ਗੱਲ ਕਰਦੇ ਹਾਂ ਜਾਂ ਸਿੱਖ ਐਂਗਲ ਤੋਂ ਦੇਖਦੇ ਹਾਂ, ਤਾਂ ਅਸੀਂ ਸਮਝਦੇ ਹਾਂ ਵੀ ਜੁਡੀਸ਼ਰੀ ਦੇ ਵਿੱਚੋਂ, ਇੰਡੀਅਨ ਜੁਡੀਸ਼ਰੀ ਦੇ ਵਿੱਚੋਂ ਸਾਡਾ ਜਿਹੜਾ ਇਨਸਾਫ਼ ਹੈਗਾ ਉਹ ਨਹੀਂ ਨਿਕਲ ਸਕਦਾ। ਪਰ ਅੱਜ ਇਹ ਗੱਲ ਕਿਤੇ ਨਾ ਕਿਤੇ ਜਿਹੜਾ ਮੇਨ ਸਟ੍ਰੀਮ ਮੀਡੀਆ ਹੈਗਾ ਜਾਂ ਈਵਨ ਜਿਹੜੇ ਉਹਨਾਂ ਦੇ ਫੋਲੋ ਜੱਜਿਸ ਨੇ ਉਹਨਾਂ ਵੱਲੋਂ ਇਸ ਗੱਲ 'ਤੇ ਮੋਹਰ ਲਾਉਣੀ, ਉਹਨਾਂ ਵੱਲੋਂ ਇਹ ਕਿਹਾ ਜਾਣਾ ਕਿ ਜਿਹੜੀ ਡੈਮੋਕ੍ਰੇਸੀ ਹੈ ਇੰਡੀਆ ਦੇ ਵਿੱਚ ਉਹ ਖਤਰੇ ਦੇ ਵਿੱਚ ਹੈ। ਸੋ ਜਿੱਦਾਂ ਦੇ ਇਹ ਹਾਲਾਤ ਬਣੇ ਹੋਏ ਨੇ, ਖਾਸ ਤੌਰ 'ਤੇ ਜਦੋਂ ਅਸੀਂ ਜੁਡੀਸ਼ਰੀ 'ਤੇ ਪੋਲੀਟੀਕਲ ਪ੍ਰੈਸ਼ਰ ਦੀ ਗੱਲ ਕਰਦੇ ਹਾਂ, ਇਹਨਾਂ ਹਾਲਾਤਾਂ ਦੇ ਵਿੱਚ ਜਿਹੜਾ ਆਉਣ ਵਾਲਾ ਸਮਾਂ ਹੈਗਾ ਉਹ ਤੁਹਾਨੂੰ ਕਿਵੇਂ ਦਾ ਨਜ਼ਰ ਆ ਰਿਹਾ? ਦੇਖੋ ਆਉਣ ਵਾਲਾ ਸਮਾਂ, ਸਿੱਖਾਂ ਨੇ ਤਾਂ ਜਿੰਨਾ ਜ਼ੁਲਮੋ ਸਿਤਮ ਇੰਡੀਅਨ ਸਟੇਟ ਨੇ ਕੀਤਾ ਉਹ ਸਿਹਾ, ਆਪਣੀਆਂ ਹੱਡੀਆਂ ਦੇ ਉੱਤੇ ਸਿਹਾ, ਆਪਣੇ ਜਿਸਮਾਂ ਦੇ ਉੱਤੇ ਸਿਹਾ, ਆਪਣੇ ਪਰਿਵਾਰਾਂ ਦੇ ਉੱਤੇ ਸਿਹਾ, ਆਪਣੀ ਜਾਇਦਾਦਾਂ ਦੇ ਉੱਤੇ ਸਿਹਾ। ਲਗਾਤਾਰ ਇੰਡੀਅਨ ਸਟੇਟ 1947 ਤੋਂ ਲੈ ਕੇ ਹੁਣ ਤੱਕ, ਮੈਂ ਤਾਂ ਅਕਸਰ ਕਹਿੰਦਾ ਹੁੰਦਾ, ਬਾਰ ਬਾਰ ਸਿੱਖਾਂ ਨੂੰ ਸਮਝਾਉਂਦਾ ਹੁੰਦਾ ਵੀ ਹਿੰਦੁਸਤਾਨ ਦੇ ਵਿੱਚ 1947 ਤੋਂ ਹੁਣ ਤੱਕ ਜਿੰਨਾ ਸਿੱਖਾਂ ਦਾ ਕਤਲੋਗਾਰਤ ਹੋਇਆ ਦੁਨੀਆਂ ਦੇ ਇਤਿਹਾਸ ਦੇ ਵਿੱਚ, ਅੱਜ ਦੇ ਦੁਨੀਆਂ ਦੇ ਇਤਿਹਾਸ ਦੇ ਵਿੱਚ ਇੰਨਾ ਕਿਸੇ ਐਡੀ ਛੋਟੀ ਘੱਟ ਗਿਣਤੀ ਦਾ ਕਿਸੇ ਦੁਨੀਆਂ ਦੇ ਤਖ਼ਤੇ ਤੇ ਨਹੀਂ ਹੋਇਆ ਜੀ। ਦੁਨੀਆਂ ਦੇ ਕਿਸੇ ਤਖ਼ਤੇ ਤੇ ਇਤਨਾ ਜ਼ੁਲਮੋ ਸਿਤਮ, ਇੰਨੀ ਘੱਟ ਗਿਣਤੀ ਜਿੰਨੀ ਸਿੱਖਾਂ ਦੀ ਘੱਟ ਗਿਣਤੀ ਆ, ਉਸੇ ਨਾਲ ਜਿੰਨਾ ਇੰਡੀਅਨ ਸਟੇਟ ਦੇ ਵਿੱਚ ਜ਼ੁਲਮੋ ਸਿਤਮ ਹੋਇਆ, ਮੈਂ ਇੰਡੀਅਨ ਸਟੇਟ ਕਹਿ ਰਿਹਾ, ਪਾਰਟੀ ਕੋਈ ਵੀ ਆ ਜਾਵੇ, ਚਾਹੇ ਕਾਂਗਰਸ ਪਾਰਟੀ ਆ ਜਾਵੇ, ਚਾਹੇ ਬੀਜੇਪੀ ਆ ਜਾਵੇ, ਚਾਹੇ ਕੋਈ ਹੋਰ ਪਾਰਟੀ ਆ ਜਾਵੇ, ਕਿਸੇ ਨੇ ਸਿੱਖਾਂ ਨੂੰ ਇਨਸਾਫ਼ ਨਹੀਂ ਦਿੱਤਾ। ਕਿਸੇ ਇੱਕ ਪਾਰਟੀ ਨੇ, ਕਿਸੇ ਇੱਕ ਹਕੂਮਤ ਨੇ, ਕਿਸੇ ਇੱਕ ਰਾਸ਼ਟਰ ਨੇ, ਕਿਸੇ ਇੱਕ ਰਾਜ ਨੇ, ਤਾਂ ਆਹੀ ਇਹਨਾਂ ਦੇ ਆ ਜਿਹੜੇ ਅਕਾਲੀ ਦਲ ਆ, ਬਾਦਲ ਦਾ ਜਿਹੜਾ ਖਾਸ ਤੌਰ ਤੇ ਜਿਹੜਾ ਜੱਫੀ ਪਾਈ ਬੈਠਾ ਬੀਜੇਪੀ ਦੇ ਨਾਲ, ਔਰ ਬੀਜੇਪੀ ਦੇ ਨਾਲ ਰਲ ਕੇ ਇਤਨੀ ਰਿਸ਼ਵਤ
ਰਿਸ਼ਵਤ ਖੋਰੀ, ਇਤਨਾ ਜ਼ੁਲਮੋ ਸਿਤਮ ਇਹਨਾਂ ਨੇ ਕੀਤਾ ਬਾਦਲਾਂ ਦੇ ਬਾਦਲਾਂ ਨੇ, ਜਿਸਦੀ ਇੰਤਹਾ ਨੀ। ਔਰ ਹੁਣ ਅਮਰਿੰਦਰ ਸਿੰਘ ਉਸੇ ਕਿਸਮ ਦੀ ਗੱਲ ਕਰ ਰਿਹਾ। ਕੱਲ ਦੇ ਟ੍ਰਿਬਿਊਨ ਅਖਬਾਰ ਦੇ ਵਿੱਚ ਇੱਕ ਬਹੁਤ ਲੀਡਿੰਗ ਆਰਟੀਕਲ ਆ, ਜਿਸ ਦੇ ਵਿੱਚ ਉਸਨੇ ਕਲੀਅਰਲੀ ਇਹ ਗੱਲ ਲਿਖੀ ਆ ਵੀ ਜਿਸ ਕਿਸਮ ਦਾ ਜ਼ੁਲਮੋ ਸਿਤਮ ਬਾਦਲਾਂ ਨੇ ਕੀਤਾ ਪੰਜਾਬ ਦੇ ਵਿੱਚ, ਉਸੇ ਕਿਸਮ ਦੀਆਂ ਹਰਕਤਾਂ ਅਮਰਿੰਦਰ ਸਿੰਘ ਕਰ ਰਿਹਾ। ਔਰ ਦੋਨੇ ਆਪਸ ਦੇ ਵਿੱਚ ਮਿਲੇ ਹੋਏ ਆ, ਦੋਨੇ ਆਪਸ ਦੇ ਵਿੱਚ ਫਰੈਂਡਲੀ ਮੈਚ ਖੇਲ ਰਹੇ। ਤੋ ਇਸ ਕਿਸਮ ਦੀ ਸਾਨੂੰ ਕਿਸੇ ਤੋਂ ਰਾਹਤ ਨਹੀਂ ਮਿਲੀ, ਨਾ ਸਾਨੂੰ ਇੰਡੀਅਨ ਲੈਜਿਸਲੇਚਰ ਨੇ ਦਿੱਤੀ, ਨਾ ਇੰਡੀਅਨ ਐਗਜ਼ੈਕਟਿਵ ਨੇ ਦਿੱਤੀ, ਨਾ ਇੰਡੀਅਨ ਜੁਡੀਸ਼ਰੀ ਨੇ ਦਿੱਤੀ। ਸਾਨੂੰ ਸਾਡੇ ਨਾਲ ਜਿੰਨਾ ਜ਼ੁਲਮੋ ਸਿਤਮ, ਜਿੰਨਾ ਸਾਨੂੰ ਕੁਚਲਿਆ ਗਿਆ, ਜਿੰਨਾ ਸਾਨੂੰ ਦਬਾਇਆ ਗਿਆ, ਜਿੰਨੀ ਸਾਡੇ ਨਾਲ ਧੱਕੇ ਕੀਤੇ ਗਏ ਆ, ਉਹ ਬੇਮਿਸਾਲ ਆ ਦੁਨੀਆਂ ਦੇ ਇਤਿਹਾਸ ਦੇ ਵਿੱਚ। ਮੈਂ ਹਿੰਦੁਸਤਾਨ ਦੇ ਇਤਿਹਾਸ ਦੀ ਨਹੀਂ ਗੱਲ ਕਰ ਰਿਹਾ, ਦੁਨੀਆਂ ਦੇ ਇਤਿਹਾਸ ਦੇ ਵਿੱਚ ਇੰਨਾ ਜ਼ੁਲਮੋ ਸਿਤਮ ਕਿਸੇ ਘੱਟ ਗਿਣਤੀ ਨਾਲ ਲਗਾਤਾਰ ਨਹੀਂ ਹੋਇਆ ਜਿੰਨਾ ਸਾਡੇ ਨਾਲ। ਔਰ ਅੱਜ ਵੀ ਸਾਡੇ ਵਿੱਚੋਂ ਬੰਦੇ, ਸਾਡੇ ਪਹਿਰਾਵੇ ਵਾਲੇ, ਮੈਂ ਬਾਦਲ ਨੂੰ ਸਿੱਖ ਨਹੀਂ ਕਹਿੰਦਾ, ਮੈਂ ਸੁਖਵੀਰ ਨੂੰ ਸਿੱਖ ਨਹੀਂ ਕਹਿੰਦਾ, ਮੈਂ ਅਮਰਿੰਦਰ ਨੂੰ ਵੀ ਸਿੱਖ ਨਹੀਂ ਕਹਿੰਦਾ। ਇਸ ਬੰਦੇ ਨੇ, ਅਮਰਿੰਦਰ ਸਿੰਘ ਨੇ 40,000 ਬੰਦਿਆਂ ਦੀ ਗੈਦਰਿੰਗ ਦੇ ਵਿੱਚ ਬਠਿੰਡੇ ਚ ਗੁਟਕਾ ਹੱਥ ਦੇ, ਗੁਟਕਾ ਸਾਹਿਬ ਹੱਥ ਦੇ ਉੱਤੇ ਰੱਖ ਕੇ ਸੌ ਖਾਧੀ ਸੀ ਕਿ ਮੈਂ ਸੁਮੇਸ਼ ਸਿੰਘ ਸੈਣੀ ਨੂੰ ਕਟਹਿਰੇ ਚ ਖੜਾ ਕਰੂੰਗਾ। ਉਹ ਚੁੱਪ ਕਰ ਗਿਆ ਜਦੋਂ ਦਾ ਚੀਫ ਮਿਨਿਸਟਰ ਬਣਿਆ ਜੀ। ਔਰ ਹੁਣ ਕਹਿੰਦਾ ਮੈਂ ਵੈਂਡਾਟਾ ਪੋਲਿਟਿਕਸ ਨਹੀਂ ਚਲਾਉਣੀ। ਮੇਰਾ ਮਤਲਬ ਕਹਿਣ ਦਾ ਇਹ ਆ ਵੀ ਜਦੋਂ ਸਿੱਖਾਂ ਦੀ ਗੱਲ ਹੁੰਦੀ ਆ ਤਾਂ ਤੂੰ ਸਿੱਖਾਂ ਤੇ ਜ਼ੁਲਮੋ 47 ਬੱਚੇ ਅੰਦਰ ਕੀਤੇ ਹੋਏ ਆ। ਉਹ ਮੁੰਡਾ ਵਿਆਹ ਕਰਾਉਣ ਆਇਆ ਜੌਹਰ, ਉਹ ਵਿਚਾਰਾ ਅੰਦਰ ਆ ਹਲੇ ਤੱਕ, ਉਸਨੇ ਉਸਨੂੰ ਇੱਕ ਕਚਹਿਰੀ ਤੋਂ ਲਿਜਾ ਕੇ ਦੂਜਾ, ਦੂਜੇ ਤੋਂ ਲਿਜਾ ਕੇ ਤੀਜਾ, ਤੀਜੇ ਤੋਂ ਲਾ ਉਹਦੇ ਤੇ ਜਿੰਨਾ ਜ਼ੁਲਮੋ ਸਿੱਤਮ, ਜਿੰਨਾ ਉਸਦੇ ਉਸਦੀਆਂ ਹਿਊਮਨ ਰਾਈਟਸ ਵਾਇਲੇਸ਼ਨ ਹੋਈਆਂ ਅਨਪ੍ਰੈਸੀਡੈਂਟਡ ਹੈਗੀਆਂ ਜੀ। ਸਾਡੇ ਨਾਲ ਲਗਾਤਾਰ ਸਾਡੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਾਡੇ ਬੱਚੇ ਕਤਲੋ ਗਾਰਤ ਕਰ ਦਿੱਤੇ ਫੇਕ ਇਨਕਾਊਂਟਰ ਚ। ਔਰ ਕਿਹਨੇ ਕੀਤੇ? KPS ਗਿੱਲ ਔਰ ਸੁਮੇਰ ਸਿੰਘ ਸੈਣੀ ਨੇ ਜੀ। ਇਸ ਕਿਸਮ ਦੇ ਜ਼ੁਲਮੋ ਸਿੱਤਮ ਸਾਨੂੰ ਕਿਹੜੀ ਜੁਡੀਸ਼ਰੀ ਨੇ ਕੋਈ ਰਿਲੀਫ ਨਹੀਂ ਦਿੱਤੀ? ਸਾਨੂੰ ਕਿਸੇ ਜੁਡੀਸ਼ਰੀ ਦੇ ਕਿਸੇ ਅੰਗ ਨੇ, ਈਵਨ ਸਿੱਖ ਜੱਜ ਵੀ ਹੋਏ, ਮਾਫ਼ ਕਰਨਾ ਮੈਂ ਗੱਲ ਕਹਿਣਾ, ਡਰਪੋਕ, ਬੁਸਦਿਲ ਔਰ ਬੇਈਮਾਨ ਸਿੱਖ ਜੱਜ, ਤੋ ਉਹਨਾਂ ਨੇ ਵੀ ਸਾਡੇ ਉਹਨਾਂ ਨਾਲ ਰਲ ਕੇ ਆਪਣੀਆਂ ਤਰੱਕੀਆਂ ਲਈ, ਆਪਣੀਆਂ ਪੋਜੀਸ਼ਨਾਂ ਦੇ ਲਈ ਫਾਇਦੇ ਆਪਣੇ ਸਾਥੀ ਉਠਾਏ ਆ। ਲੇਕਿਨ ਕੌਮ ਦੇ ਉੱਤੇ ਜਿਹੜਾ ਜ਼ੁਲਮੋ ਸਿਤਮ ਆ ਉਸ ਤੇ ਉਹਨਾਂ ਨੇ ਕੋਈ ਰਿਲੀਫ ਨਹੀਂ ਦਿੱਤੀ ਜੀ। ਤੋ ਜੁਡੀਸ਼ਰੀ ਸਾਡੇ ਲਈ ਜਾਂ ਐਗਜ਼ੈਕਟਿਵ ਜਿਹੜੀ ਹਿੰਦੁਸਤਾਨ ਦੀ ਜਾਂ ਲੈਜਿਸਲੇਚਰ ਆ, ਉਸ ਤੋਂ ਸਿੱਖਾਂ ਨੂੰ ਕਿਸੇ ਕਿਸਮ ਦੀ ਰਾਹਤ ਨਾ ਮਿਲੀ ਹੈ, ਨਾ ਮਿਲ ਰਹੀ ਹੈ, ਨਾ ਮਿਲੇਗੀ। ਇਹ ਸਿੱਖਾਂ ਨੂੰ ਆਪਣੇ ਮਨ ਦੇ ਵਿੱਚ ਸਾਫ਼ ਕਲੀਅਰ ਕਰ ਲੈਣਾ ਚਾਹੀਦਾ ਜੀ। ਡਾਕਟਰ ਢਿੱਲੋਂ, ਜਿਵੇਂ ਇਹ ਸਾਰੀ ਡਿਵੈਲਪਮੈਂਟ ਤੋਂ ਬਾਅਦ ਜਿਹੜਾ ਅਸੀਂ ਸਰਕਾਰ ਦਾ, ਖਾਸ ਤੌਰ ਤੇ ਮੋਦੀ ਸਰਕਾਰ ਦਾ ਰਵੱਈਆ ਦੇਖਦੇ ਹਾਂ, ਤਾਂ ਉਹਨਾਂ ਵੱਲੋਂ ਸਿੱਧੀ ਸਿੱਧੀ ਜਿਹੜੀ ਵੇਟ ਐਂਡ ਵਾਚ ਪਾਲਿਸੀ ਹੈਗੀ ਹੈ ਉਹ ਅਪਣਾਈ ਜਾ ਰਹੀ ਹੈ। ਹਜੇ ਤੱਕ ਜਿੰਨੀਆਂ ਕੁ ਵੀ ਮੀਡੀਆ ਦੇ ਵਿੱਚ ਖਬਰਾਂ ਆਈਆਂ ਨੇ ਉਹਦੇ ਵਿੱਚ ਉਹਨਾਂ ਦਾ ਰਿਸਪੋਂਸ ਇਹੀ ਹੈ ਵੀ ਜੁਡੀਸ਼ਰੀ ਜਿਹੜੀ ਹੈਗੀ ਹੈ ਉਹ ਆਪਣੇ ਆਪ ਇਸ ਮੈਟਰ ਨੂੰ ਸੋਲਵ ਕਰ ਸਕਦੀ ਹੈ ਅਤੇ ਅਸੀਂ ਵਿੱਚ ਇਸ ਇਸ਼ੂ ਦੇ ਇੰਟਰਵੀਨ ਨਹੀਂ ਕਰਾਂਗੇ। ਤੇ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ, ਤੁਹਾਨੂੰ ਲੱਗਦਾ ਵੀ ਜਿਹੜੀ ਇਹ ਹਿਊਮਨ ਰਾਈਟਸ ਦੀ ਗੱਲ ਹੈਗੀ ਹੈ ਘੱਟ ਗਿਣਤੀਆਂ ਦੇ ਹਵਾਲੇ ਨਾਲ ਅਸੀਂ ਵੀ ਕਰ ਰਹੇ ਹਾਂ, ਜਿੱਦਾਂ ਦਾ ਪ੍ਰਭਾਵ ਇਹ ਇੱਕ ਐਕਸ਼ਨ ਜਾਂ ਇਹ ਜਿਹੜਾ ਮੂਵ ਇਹਨਾਂ 4 ਜੱਜਸ ਵੱਲੋਂ ਲਿਆ ਗਿਆ, ਇਹ ਇੰਟਰਨੈਸ਼ਨਲੀ ਜਿਹੜੀ ਭਾਰਤ ਦੀ ਇਮੇਜ ਹੈਗੀ ਹੈ ਉਹਨੂੰ ਕਿਤੇ ਨਾ ਕਿਤੇ ਸੱਟ ਮਾਰੇਗਾ? ਦੇਖੋ, ਇਹ ਆਪਸ ਚ ਹਿੰਦੂਆਂ ਦੀ ਲੜਾਈ ਆ। ਜਦੋਂ ਗੱਲ ਲੱਕ ਤੋਂ ਵੀ ਉੱਪਰ ਚੱਲਿਆ ਗਿਆ ਪਾਣੀ, ਤਾਂ ਉਸ ਵੇਲੇ ਜੱਜ ਬੋਲੇ ਆ, ਪਹਿਲਾਂ ਚੀਫ ਜਸਟਿਸ ਕੋਲ ਗਏ ਆ, ਕਿਉਂਕਿ ਜਸਟਿਸ ਲੋਹੀਏ ਦਾ ਕਤਲ ਹੋ ਗਿਆ, ਜਿਹੜਾ CBI ਦਾ ਜੱਜ ਆ ਜੀ, ਜਿਹੜਾ ਐਡੇ ਵੱਡੇ ਕੇਸ ਦੀ ਇਨਕੁਆਇਰੀ ਕਰ ਰਿਹਾ ਜਿਹਦੇ ਚ ਅਮਿਤ ਸ਼ਾਹ ਇਨਵੋਲਵਡ ਆ, ਤੋ ਉਹ ਗੱਲ ਜਿਹੜੀ ਆ ਉਸ ਦੇ ਉੱਤੇ ਬੇਈਮਾਨੀ ਕਰ ਰਿਹਾ ਦੀਪਕ ਮਿਸ਼ਰਾ, ਜਿਹੜਾ ਚੀਫ ਜਸਟਿਸ ਆਫ ਇੰਡੀਆ ਹੈਗਾ। ਉਸ ਜਦੋਂ ਉਹਨਾਂ ਨੇ ਉਸਦੇ ਕੋਲ ਕਿਹਾ ਵੀ 10ਵੇਂ ਨੰਬਰ ਵਾਲੇ ਪਹਿਲੇ 4 ਨੂੰ ਛੱਡ ਕੇ ਤੂੰ ਐਡਾ ਵੱਡਾ ਕੇਸ 10ਵੇਂ ਨੰਬਰ ਵਾਲੇ ਨੂੰ ਦੇ ਰਿਹਾ, ਔਰ ਉਹ ਰੋਸਟਰ ਵੀ ਬਦਲਦਾ ਰਹਿੰਦਾ, ਜੇ ਰੋਸਟਰ ਇੱਕ ਜੱਜ ਨੂੰ ਦੇ ਦੇ ਫਿਰ ਉਹ ਫਿਰ ਉਸ ਜੱਜ ਤੋਂ ਖੋ ਕੇ ਦੂਸਰੇ ਜੱਜ ਨੂੰ ਦੇ ਦਿੰਦਾ ਜੀ। ਇੰਨੀ ਬੇਈਮਾਨੀ, ਇੰਨੀ ਸ਼ਰੇਆਮ, ਮਤਲਬ ਉਹ ਬੰਦਾ ਆਪਣੀ ਸ਼ਰਮ ਹਿਆ ਤੋਂ ਉੱਪਰ ਉੱਠ ਕੇ ਇਸ ਕਿਸਮ ਦੀਆਂ ਘਟੀਆਂ ਹਰਕਤਾਂ ਕਰਦਾ ਜਿਹੜਾ ਚੀਫ ਜਸਟਿਸ ਦੀਪਕ ਮਿਸ਼ਰਾ ਹੈਗਾ। ਇਹ ਗੱਲ ਹੁਣ ਸਾਹਮਣੇ ਆ ਗਈ ਹੈ, ਕਿਸੇ ਦੇ ਦਿਲ ਚ ਕੋਈ ਭੁਲੇਖਾ ਨਹੀਂ,
ਬੀਜੇਪੀ ਵਾਲੇ ਇਹ ਕਹਿ ਰਹੇ ਆ ਵੀ ਅੰਦਰੂਨੀ ਆਪੇ ਫੈਸਲਾ ਕਰ ਲੂਗਾ ਵੀ ਉਹਨਾਂ ਨੂੰ ਬਾਹਰ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਨਹੀਂ ਸੀ ਚਾਹੀਦੀ। ਉਹ ਕਹਿੰਦੇ ਆ ਵੀ ਅਸੀਂ ਉਹ ਚੀਫ ਜਸਟਿਸ ਨੂੰ ਮਿਲੇ, ਚੀਫ ਜਸਟਿਸ ਨੇ ਉਹਨਾਂ ਦਾ 7 ਪੇਜ ਦਾ ਲੈਟਰ ਆ ਜਿਹੜਾ ਅੱਜ ਛਪ ਚੁੱਕਿਆ ਅਖਬਾਰਾਂ ਦੇ ਵਿੱਚ, ਹਿੰਦੁਸਤਾਨ ਦੇ ਅਖਬਾਰਾਂ 'ਚ ਛਪ ਚੁੱਕਿਆ ਉਹ ਉਸੇ ਤਰ੍ਹਾਂ ਜਿਸ ਤਰ੍ਹਾਂ ਉਹਨਾਂ ਨੇ ਲਿਖਿਆ ਸੀ। ਤੋ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਜਦੋਂ ਸਾਡੀ ਨਾ ਸੁਣਵਾਈ ਹੋਈ ਤਾਂ ਅਸੀਂ ਪਬਲਿਕ ਦੇ ਕੋਲ ਆਏ ਹਾਂ ਕਿਉਂਕਿ ਇਟਸ ਅ ਡੇਂਜਰ ਟੂ ਦੀ ਇੰਡੀਅਨ ਡੈਮੋਕ੍ਰੇਸੀ। ਇਹ ਗੱਲ ਉਹਨਾਂ ਨੇ ਲਫ਼ਜ਼ ਯੂਜ਼ ਕੀਤਾ, ਬਿਲਕੁਲ ਡੈਮੋਕ੍ਰੇਸੀ ਤਾਂ ਇੱਥੇ ਕਦੀ ਹੈ ਹੀ ਨਹੀਂ, ਮੋਬੋਕ੍ਰੇਸੀ ਆ, ਮੈਜੋਰਿਟੇਰੀਅਨਿਜ਼ਮ ਆ ਇਸ ਮੁਲਕ ਦੇ ਵਿੱਚ। ਡੈਮੋਕ੍ਰੇਸੀ ਤਾਂ ਇੱਥੇ ਹੈ ਹੀ ਨਹੀਂ, ਇੱਥੇ ਮੈਜੋਰਿਟੇਰੀਅਨਿਜ਼ਮ ਆ। ਲੜਾਈ ਹਿੰਦੂਆਂ ਦੀ ਆਪਸ ਦੇ ਵਿੱਚ ਆ, ਸਾਫਟ ਹਿੰਦੂਇਜ਼ਮ ਤੇ ਹਾਰਸ਼ ਤੇ ਹਾਰਡ ਹਿੰਦੂਇਜ਼ਮ ਦੀ ਲੜਾਈ ਆ ਇੱਥੇ ਜੀ। ਉੱਥੇ ਵੀ ਜਾ ਕੇ ਗੁਜਰਾਤ ਦੇ ਵਿੱਚ ਵੀ ਰਾਹੁਲ ਗਾਂਧੀ ਨੂੰ 32 ਮੰਦਰਾਂ ਵਿੱਚ ਜਾਣਾ ਪਿਆ, ਜਨੇਊ ਦਿਖਾਉਣਾ ਪਿਆ ਵੀ ਮੈਂ ਤਾਂ ਹਿੰਦੂ ਹਾਂ। ਤੋ ਇਹ ਲੜਾਈ ਹੁਣ ਕਰਨਾਟਕਾ ਦੇ ਵਿੱਚ ਵੀ ਇਹੀ ਹੋ ਰਹੀ ਆ, ਜਿਹੜਾ ਉੱਥੇ ਦਾ ਚੀਫ ਮਿਨਿਸਟਰ ਆ ਉਹਦੇ ਤੇ ਬਲੇਮ ਕੀਤਾ ਜਾਂਦਾ ਵੀ ਹਿੰਦੂਆਂ ਐਂਟੀ ਹਿੰਦੂ ਆ, ਇਹ ਹਿੰਦੂ ਨਹੀਂ ਹੈ, ਉਹ ਕਹਿ ਰਿਹਾ ਮੈਂ ਹਿੰਦੂ ਆ, ਇਹ RSS ਵਾਲੇ ਤੇ ਇਹ BJP ਵਾਲੇ ਜਿਹੜੇ ਆ ਕ੍ਰਿਮੀਨਲ ਹਿੰਦੂ ਆ। ਤੋ ਇਸ ਕਿਸਮ ਦੀ ਲੜਾਈ ਹਿੰਦੂਆਂ ਦੀ ਆਪਸ ਦੇ ਵਿੱਚ ਆ, ਮਿਨੋਰਟੀਜ਼ ਤਾਂ ਕ੍ਰੈਸ਼ ਹੋ ਚੁੱਕੇ, ਮਿਨੋਰਟੀਜ਼ ਡੀਮੋਰਲਾਈਜ਼ ਹੋ ਚੁੱਕੀ ਆ ਹਿੰਦੁਸਤਾਨ ਦੇ, ਕਿਸੇ 'ਚ ਦਮ ਨਹੀਂ ਕਿਸੇ ਮਿਨੋਰਟੀ ਦੇ ਲੀਡਰ 'ਚ। ਸਾਰੇ ਮਿਨੋਰਟੀ ਦੇ ਲੀਡਰ ਪ੍ਰਕਾਸ਼ ਸਿੰਘ ਬਾਦਲ ਵਰਗੇ ਹੀ ਆ, ਚਾਹੇ ਉਹ ਕ੍ਰਿਸਚਨ ਆ ਚਾਹੇ ਉਹ ਮੁਸਲਮਾਨ ਆ, ਉਹ ਸਾਰੇ ਸਰਕਾਰ ਦੇ ਨਾਲ ਮਿਲ ਕੇ ਸਰਕਾਰ ਤੋਂ ਪੈਸੇ ਖਾਂਦੇ ਆ, ਜ਼ਾਤੀ ਤੌਰ ਦੇ ਉੱਤੇ ਆਪਣੇ ਪਰਿਵਾਰਕ ਤੌਰ ਦੇ ਉੱਤੇ। ਕਿਸੇ ਵੀ ਮਿਨੋਰਟੀ ਲੀਡਰ ਦਾ ਆਪਣੀ ਕਮਿਊਨਿਟੀ ਦੇ ਲਈ ਕੋਈ ਸਿਮਪਤੀ ਨਹੀਂ ਹਿੰਦੁਸਤਾਨ ਦੇ ਵਿੱਚ ਜੀ। ਹਾਂਜੀ ਬਿਲਕੁਲ ਡਾਕਟਰ ਢਿੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇਹ ਸਾਰੇ ਇਸ਼ੂ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼ ਕਰਾਂਗੇ, ਜਦੋਂ ਕੋਈ ਹੋਰ ਡਿਵੈਲਪਮੈਂਟ ਹੁੰਦੀ ਹੈ ਤਾਂ ਜ਼ਰੂਰ ਤੁਹਾਡੇ ਨਾਲ ਵਾਰਤਾਲਾਪ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਧੰਨਵਾਦ ਤੁਹਾਡਾ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੋ ਜੀ, ਉਮੀਦ ਕਰਦੇ ਹਾਂ ਕਿ ਜਿਹੜੀ ਅੱਜ ਦੀ ਸਾਡੀ ਗੱਲਬਾਤ ਸੀ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਹੋਰਾਂ ਦੇ ਨਾਲ, ਉਹ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ, TV84 ਨੂੰ ਅੱਗੇ ਚਲਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਅਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈੱਸ 'ਤੇ ਮੇਲ ਕਰ ਸਕਦੇ ਹੋ। 3601 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਇੱਕ ਵਾਰ ਵੈਬਸਾਈਟ ਫਿਰ ਰਿਪੀਟ ਕਰਦੇ ਹਾਂ, www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਅਗਲੇ ਹਫ਼ਤੇ ਸੋਮਵਾਰ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।